के साथ देखिए इस शख्स को। ये शख्स वो है पिछले कुछ दिनों से बहुत ही ज्यादा हर एक प्लेटफॉर्म पर वंचू वंचू हुई है। ये वंचू वो है कि अलादीन के चिराग जितना मतलब काम करता है, घसाते जाओ और वंचू को अपने काम के लिए बुलाते जाओ। ये वंचू जे है अलादीन का जिन, किसके काबू में आया है हम आपको बताते हैं। वीडियो के साथ बने रहिए और चैनल कर लिए सब्सक्राइब। अभी करते हैं हम वीडियो को शुरू। हां जी, सत श्री अकाल जी, स्वागत है ਤੁਹਾਡਾ अपने YouTube चैनल ਵਿੱਚ ਜਿਹਦਾ ਨਾਮ ਉਹੀ ਚੰਦਰ। ਉਮੀਦ ਕਰਦਾ ਤੁਸੀਂ ਹੋਵੋ ਸਾਰੇ ਠੀਕ ਠਾਕ, ਮੈਂ ਵੀ ਠੀਕ ਠਾਕ ਹਾਂ। ਤੇ ਅੱਜ ਗੱਲ ਕਰਾਂਗੇ ਕਿ ਵੰਚੂ ਹੋਈ ਪਈ ਹੈ ਜੀ ਚਾਰੇ ਪਾਸੇ ਜੀ। ਵੰਚੂ ਮੈਨੂੰ ਅੱਗੇ ਸ਼ਾਇਰੀ ਨਹੀਂ ਆਉਂਦੀ, ਆਪਾਂ ਇਸ ਕਰਕੇ ਸ਼ਾਇਰੀ ਸ਼ੁਰੂ ਨਹੀਂ ਕਰਾਂਗੇ ਤੇ ਵੀਡੀਓ ਕਰਦੇ ਹਾਂ ਸ਼ੁਰੂ। ਤੁਹਾਡਾ ਨਾ ਟਾਈਮ ਜ਼ਿਆਦਾ ਖਰਾਬ ਕਰਦੇ ਹੋਏ ਲਓ ਜੀ ਪ੍ਰੋਪਰ ਪਰ ਬਾਹਰ ਆ ਕੇ ਜ਼ਿਆਦਾ ਫੀਲ ਹੁੰਦਾ। ਤੇ ਅੱਜ ਦੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰੀ ਕੰਮ ਅੱਜ ਆਪਣੇ ਕਰਦੇ ਆ ਜੋ ਕਿ ਬਹੁਤ ਜ਼ਿਆਦਾ। ਹਾਂਜੀ, ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ, ਜਿੱਦਾਂ ਕਿ ਇਸ ਕੁੜੀ ਨੇ ਤੁਹਾਨੂੰ ਕਹਿਤਾ ਆ ਤੇ ਉਦਾਂ ਹੀ ਆਪਾਂ ਤੁਹਾਨੂੰ ਅੱਜ ਦੱਸਾਂਗੇ ਜ਼ਰੂਰੀ ਕੰਮ ਵੀ। ਕਿਹਨਾ ਵੇਟ ਨਹੀਂ ਕਰਦੇ ਹੈਗੇ ਹਨਾ, ਜਿੱਦਾਂ ਨਿਕਲ ਹੀ ਚੰਦੀ ਸੀਗੀ ਭੱਜ ਕੇ ਜਲਦੀ ਜਲਦੀ ਬਹਿਣਾ ਪੈਂਦਾ, ਸੋ ਆਪਾਂ ਦੋਨੋਂ ਬੱਚੇ। ओ यार उच्ची बोल नहीं सुनिया, क्यों वंचू? साला वंचू भी हसदा ही हो। चलो होप सो फिर पवे ते मैं देखा एंजॉय करा। हां जी जरूर, हो सके ते जरूर पवे फिर मैडम देखे स्नो। गैप कट दिया कर। ये बड़ी अच्छी बात कही यार। सो इथे एक रूल है वंचू, दसेगा की रूल है वंचू? बिलकुल सही है दसिया बेचारे ने की हाँ की चीज ऐसा दसनियां की ਤਾਨੂੰ ਦੱਸਰਵਾ ਦੇ ਤੁਸੀਂ ਯਾਰ। ਸਾਰਿਆਂ ਨੇ ਬਹੁਤ ਜ਼ਿਆਦਾ ਮਜ਼ਾਕ ਬਣਾਇਆ, ਇਦਾਂ ਨਹੀਂ ਮਜ਼ਾਕ ਬਣਾਉਣਾ ਚਾਹੀਦਾ। ਵੰਚੂ ਦਾ ਤੇ ਜ਼ਿਆਦਾ ਤੁਸੀਂ ਬਣਾ ਛੜਿਆ ਨੂੰ, ਕਿਉਂ ਵੰਚੂ? ਓ ਯਾਰ ਆ ਜਿਹੜਾ ਤੂੰ ਹੱਸਣਾ ਨਾ ਧਰਮ ਨਾ ਕੀਲ ਕੀ ਰੱਖ ਦਿੰਦਾ ਅਗਲੇ ਬੰਦੇ ਨੂੰ, ਤੇਰੀ ਜਿਹੜੀ ਸਮਾਈਲ ਹੈ। ਫੋਟੋ ਫੁੱਟਵਾ ਤਾਂ ਪਰ ਜਦੋਂ ਦੀ ਮੈਂ ਆਈ ਆ ਨਾ ਮੈਂ ਤਾਂ ਸਿਰ ਖਾ ਲਿਆ, ਮੇਰੀ ਇੱਥੇ ਫੋਟੋ ਖਿੱਚਦੇ ਇੱਥੇ ਖਿੱਚਦੇ। ਵੰਚੂ ਦੇ ਵਿਚਾਰਾ ਬਹੁਤ ਜ਼ਿਆਦਾ ਚੰਗਾ ਵਾ ਕਿ ਜਿਹੜੀ ਤੇਰੀ ਫੋਟੋ ਖਿੱਚੀ ਜਾਂਦਾ ਵਾ। ਜੇਕਰ ਮੇਰੇ ਵਰਗਾ ਹੋਇਆ ਤੈਨੂੰ ਉੱਚੀ ਜੀ ਬਿਲਡਿੰਗ ਤੇ ਖੜਾ ਤੇ ਉੱਥੇ ਜਾ ਕੇ ਧੱਕਾ ਮਾਰਾਂ, ਛੋਟਾ ਜਿਹਾ ਨੰਨੀ ਜੀ ਜਾਨ ਇੱਕ ਵੰਚੂ ਉਹਨੂੰ ਤੰਗ ਕਰ ਮਾਰਿਆ ਤੂੰ। ਤੇ ਕਿਮਦੀ ਨੇ ਮੈਨੂੰ ਬ੍ਰੈਸਲੇਟ ਦਿੱਤਾ ਸੀ ਬੜਾ ਸੋਹਣਾ, ਇੱਕ ਤਾਂ ਨਾ ਚੂੜੇ ਦੇ ਵਿੱਚ ਲੁਕ ਜਾਂਦਾ। ਨਹੀਂ ਹੁਣ ਮਤਲਬ ਤੂੰ ਕੀ ਚਾਹੁੰਦੀ ਆ ਕਿ ਚੂੜਾ ਲਾਣਾ ਵਾ? ਮੈਂ ਤੇ ਅੱਗੇ ਵੀ ਸੁਣਿਆ ਕਿ ਕੈਨੇਡਾ ਵਿੱਚ ਕੁੜੀਆਂ ਜਿਹੜੀਆਂ ਨਵਾਂ ਵਿਆਹ ਕਰਕੇ ਜਾਂਦੀਆਂ ਜਾਂਦੇ ਚੂੜਾ ਚਾੜਾ ਲਾ ਲੈਂਦੇ ਆ, ਹੁਣ ਤੂੰ ਵੀ ਲਾਣਾ ਵਾ ਬਹਾਨਾ। ਵੈਸੇ ਚੰਗਾ ਮਿਲ ਗਿਆ ਬਲੈਸਲੇਟ ਵਾਲਾ। ਗਿਆ ਸੀਗਾ ਮੈਟ੍ਰੈਸ ਦਾ ਪਤਾ ਕਰਨ, ਮੈਂ ਨਾਲ ਹੀ ਜਾਣਾ ਸੀਗਾ ਤੇ ਵੰਸ਼ੂ ਕਹਿੰਦਾ ਕਿ ਦੀਦੀ ਬਾਹਰ ਐਵੇਂ ਠੰਡ ਹੈਗੀ ਆ ਤੁਸੀਂ ਨਾਲ ਜਾ ਕੇ ਕੀ ਕਰਨਾ ਹੈਗਾ ਵਾ, ਕਿ ਮੈਂ ਇਕੱਲਾ ਜਾ ਕੇ ਮੈਟ੍ਰੈਸ ਦਾ ਪਤਾ ਕਰ ਆਣਾ ਵਾ, ਫਿਰ ਜੋ ਵੀ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ ਹਨਾ। ਯਾਰ ਕਹਿੰਦੇ ਕਿ ਵੰਸ਼ੂ ਆ ਨਾ ਜਿਹੜਾ ਵੰਸ਼ੂ ਨੂੰ ਸਾਰਾ ਕੁਝ ਪਤਾ, ਮੈਂ ਵੀ ਵੰਸ਼ੂ ਨੂੰ ਇੱਕ ਚੀਜ਼ ਛੋਟੀ ਜੀ ਪੁੱਛਣੀ ਹੈ। ਵੰਸ਼ੂ ਯਾਰ ਤੂੰ ਮੈਨੂੰ ਦੱਸ ਕਿ ਮੇਰੇ ਸਬਸਕ੍ਰਾਈਬ ਕਿਉਂ ਨਹੀਂ ਹੋਣਦੇ ਪਲੀਜ਼? ਮੇਰਾ ਜੇ ਮੇਰੀ ਵੀਡੀਓ ਤੇਰੇ ਤੱਕ ਪਹੁੰਚਦੀ ਹੈ ਤਾਂ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸੀ। ਹੁਣ ਮੈਂ ਤਾਂ ਰੈਡੀ ਬੈਠੀ ਆ। ਚੰਗੀ ਲੱਗੀ ਤੂੰ ਕੁੜੀ ਨੂੰ ਨਾ ਕਰਨ ਦਿਆਂ ਵਾ, ਇਹ ਗੱਲਾਂ ਨਹੀਂ ਤੇਰੀਆਂ। ਹੁਣ ਵੰਚੂ ਚੰਗੀਆਂ ਤੈਨੂੰ ਇਹਨੇ ਸਾਰੇ ਇੰਡੀਆ ਪਤਾ ਨੀ ਭੈਣ ਚੋ ਕੈਨੇਡਾ ਕਿੱਥੇ ਕਿੱਥੇ ਤੇਰਾ ਨੇ ਨਾ ਵੰਚੂ ਵੰਚੂ ਕਰਾਤੀ ਆ, ਹੁਣ ਤੁਹਾਨੂੰ ਨਾ ਕਰਦੇ ਫਿਰ ਗੱਲ ਨਹੀਂ ਨਾ ਬਣਦੀ ਸਾਡੀ।